ਰਹੀ ਹੈ ਮੇਰੀ ਬੇਟੀ ਮਹਿੰਦੀ ਸਭਾ ਮਲਾ ਦੇ ਵੀਡੀਓ ਦੀ ਹੁੰਦੀਆਂ ਹਨ। ਪਹਿਲੇ ਬੈਕ ਸਾਈਡ 'ਤੇ ਬਣਾਈ ਹੈ ਜੇ ਮਹਿੰਦੀ ਲੱਥੀ ਨਹੀਂ ਸੀ ਮਲਾ ਸਾਡੇ ਘਰ ਵੀ ਸੀ ਨਾ ਤਾਂ ਉਦੋਂ ਲੱਗੀ ਕਿਉਂਕਿ ਮੇਰੀ ਤਾਂ ਲੈਟ ਲੱਥ ਗਈ ਮਹਿੰਦੀ ਹੁਣ ਥੋੜ੍ਹੀ ਥੋੜ੍ਹੀ ਰਹਿ ਗਈ ਹੈ। ਅਗੋ ਫਿਰ ਮਾਸ਼ਾਅੱਲਾ ਵੱਡੀ 11ਵੀਂ ਦੀ ਮਲਾਦ ਆ ਰਹੀ ਹੈ ਸਵੇਰ ਉੱਧਰ ਮਲਾਦ ਉਹਨਾਂ ਘਰ ਜਾਣਾ ਅਤੇ ਇਹ ਤਿਆਰੀ ਹੋ ਰਹੀ ਹੈ। ਮੈਂ ਕਿਹਾ ਫਟਾਫਟ ਜਲਦੀ ਜਲਦੀ ਜਾ ਕੇ ਨਾ ਫਿਰ ਧੋ ਕੇ ਰੱਖ ਦਿੱਤਾ ਲੱਸਣ ਮਸਾਲੇ ਪਾਉਣ ਲੱਗੀ ਕੌਰਮਾ ਮਸਾਲਾ ਕਾਲੀ ਮਿਰਚ ਗਰਮ ਮਸਾਲਾ ਕਾਲਾ ਮਿਰਚ ਹਲਦੀ ਥੋੜ੍ਹਾ ਜਿਹਾ ਨਮਕ ਇੱਧਰ ਪਾਲਕ ਧੋ ਕੇ ਥੋੜ੍ਹਾ ਜਿਹਾ ਪਾਣੀ ਰੱਖਿਆ ਇਹਨਾਂ ਵਿੱਚ ਦਵਾਂ ਟਿੱਕਾਂ ਜਿਹੜਾ ਪੱਕ ਜਾਏ ਜਲਦੀ ਜਲਦੀ ਜਦ ਤੱਕ ਰਖਾ ਗਿਆ ਭੁੰਨਣਾ ਮਸਾਲਾ ਇਹਦਾ ਉਨੇ ਦਿਨ ਪਾਲਕ ਤਿਆਰ ਹੋ ਜਾਣਾ ਉਹਦੇ ਨਾਲ ਕਰਕੇ ਪਾ ਲਵਾਂਗੇ ਜਲਦੀ ਜਲਦੀ ਕੰਮ ਹੋ ਜਾਏਗਾ ਮਸਾਲਾ ਅੱਛੀ ਤਰ੍ਹਾਂ ਕਰਨਾ ਮਿਕਸ ਕਰ ਲਾ ਲਾ ਲਵਾਂ ਉਹਦੇ ਨਾਲ ਪਾਲਕ ਹੋ ਜਾਵੇ ਘਿਓ ਪਾ ਲਾਂਗੇ ਪਾਲਕ ਨੂੰ ਥੋੜ੍ਹਾ ਥੱਲੇ ਮੈਂ ਤੁਰ ਦੇ ਰਿਹਾ ਕੱਲ੍ਹ ਉੱਥੋਂ ਪਾਲਕ ਤਾਂ ਲੱਗਦਾ ਪਾਲਕ ਪਈ ਹੈ ਹੁਣ ਮੈਂ ਗ੍ਰੈਂਡ ਕਰ ਲਵਾਂ ਦੇਖ ਲਵਾਂ ਬਸ ਥੋੜ੍ਹਾ ਜਿਹਾ ਰਹਿ ਗਿਆ ਪਾਲਕ ਨੂੰ ਦੇਖ ਲਵਾਂ ਦੇਖ ਕੇ ਦਵਾਂ ਚੁੱਲ੍ਹੇ ਲੱਗ ਕੇ ਬਹਿ ਗਿਆ ਕਿਤੇ ਚੁੱਪ ਹੀ ਛੱਡ ਲਿਆ ਜਿੱਦਾਂ ਹੀ ਭੱਲੇ ਬਣਾਏ ਅਤੇ ਪੁਦੀਨਾ ਨਹੀਂ ਸੀ ਹੈਗਾ ਨਾ ਧਨੀਆ ਅਤੇ ਟਮਾਟਰ ਪਿਆਜ਼ ਖਾਲੀ ਪਾਇਆ ਅਤੇ ਮੈਂ ਕਿਹਾ ਥੋੜ੍ਹੇ ਜਿਹੇ ਨਾ ਫਿਰ ਪੁਦੀਨਾ ਨਹੀਂ ਮਿਲਿਆ ਨਾ ਤਾਂ ਹਰੀਆਂ ਮਿਰਚਾਂ ਕੁੱਟ ਕੇ ਨਾ ਉਹ ਪਾ ਲੈਂਦੀ ਹਾਂ ਫਿਰ ਉਹਦੇ ਨਾਲ ਵੀ ਜ਼ਾਇਕਾ ਹੋ ਜਾਂਦਾ ਜਦ ਦਹੀਂ ਭੱਲਿਆ ਹੁਣ ਮੈਂ ਕੁੱਟਣ ਲੱਗੀ ਹਾਂ ਹਰੀਆਂ ਮਿਰਚਾਂ ਕੁੱਟ ਕੇ ਹੁਣ ਮੈਂ ਬਹੁਤ ਹੀ ਮਜ਼ੇਦਾਰ ਦਹੀਂ ਭੱਲੇ ਬਣਦੇ ਨੇ ਹਰੀ ਮਿਰਚ ਨਾਲ ਮਸਾਲਾ ਵੀ ਪਾਇਆ ਲੈ ਜ਼ਾਇਕਾ ਨਾ ਹਰੀਆਂ ਮਿਰਚਾਂ ਨਾਲ ਜ਼ਿਆਦਾ ਹੋ ਗਿਆ ਪਿਆਜ਼ ਜ਼ਿਆਦਾ ਖਾਂਦੀ ਮੈਂ ਸਵਾਦ ਨਾ ਜ਼ਿਆਦਾ ਪਿਆਜ਼ ਪਾਇਆ ਟਮਾਟਰ ਇੱਕ ਹੀ ਪਾਇਆ ਨਜ਼ਰ ਨਹੀਂ ਆ ਰਿਹਾ ਢਾਈ ਤਾਂ ਬੋਟੀਆਂ ਨੇ ਨਾ ਇਹ ਬਸ ਜਲਦੀ ਜਲਦੀ ਪੱਕ ਜਾਣ ਅਤੇ ਘੀ ਮੈਂ ਪਾ ਛੱਡਿਆ ਵਿੱਚ ਪਾਲਕ ਵੀ ਬਣ ਗਈ ਹੈ ਤਿਆਰ ਹੋ ਗਈ ਹੈ ਗ੍ਰੈਂਡ ਹੋ ਗਈ ਹੈ ਅਤੇ ਪੱਕ ਕੇ ਤਿਆਰ ਹੋਈ ਸਰ ਗ੍ਰੈਂਡ ਹੋਈ ਹੁਣ ਪਹਿਲਾਂ ਭੁੰਨ ਕੇ ਤਾਂ ਬਾਅਦ 'ਚ ਪਾਲਕ ਪਾ ਕੇ ਅੱਛੀ ਤਰ੍ਹਾਂ ਬਾਅਦ 'ਚ ਹਰੀਆਂ ਮਿਰਚਾਂ ਕੁੱਟ ਕੇ ਦਹੀਂ ਭੱਲਿਆਂ 'ਚ ਪਾਉਣੀਆਂ ਜੀ ਉਹ ਵੀ ਮੇਰਾ ਕੰਮ ਰਹਿ ਗਿਆ ਰੱਖ ਕੇ ਭੁੱਲ ਜਾਂਦੇ ਭੁੱਲਣ ਦੀ ਹਰ ਬਿਮਾਰੀ ਲੱਗ ਗਈ ਫੇਰ ਵਿੱਚ ਮਿਰਚਾਂ ਲੱਭ ਕੇ ਨਾ
ਸ਼ੁਕਰ ਇੰਨਾ ਦਾ ਥੋੜ੍ਹੀ ਜਿਹੀ ਬਾਰਿਸ਼ ਪਈ ਹੈ, ਕੱਲ੍ਹ ਹਵਾ ਚੱਲਦੀ ਰਹੀ ਹੈ, ਲੇਕਿਨ ਫਿਰ ਗਰਮੀ ਹੈ, ਲੇਕਿਨ ਓਨੀ ਨਹੀਂ ਜਿੰਨੀ ਪਹਿਲੇ ਸੀ, ਲੇਕਿਨ ਅੱਲਾਹ ਦਾ ਬੜਾ ਸ਼ੁਕਰ ਕਿ ਅੱਜ ਬਾਰਿਸ਼ ਪਈ ਹੈ, ਰਾਤ ਨੂੰ ਤਾਂ ਪਈ ਹੈ ਅਤੇ ਹੁਣ ਪਈ ਸੀ, ਥੋੜ੍ਹੀ ਜਿਹੀ ਹਵਾ ਛੁੱਟ ਪਿਆ ਨਾ, ਥੋੜ੍ਹੀ ਜਿਹੀ ਗਰਮੀ ਜ਼ਰਾ, ਸੁਬਹਾ ਤਾਂ ਇੰਝ ਸੀ ਠੰਡ ਸਹੀ ਵੱਲ, ਹੁਣ ਫਿਰ ਗਰਮੀ ਚੁੱਲ੍ਹੇ ਦੇ ਲਾਗੇ ਬੈਠੀ ਹਾਂ ਜੀ, ਗਰਮੀ ਲੱਗਣ ਦੀ ਇੰਨੀ ਕੁ ਲੱਗਣ ਦੀ ਤੈਨੂੰ ਕੁਛ ਹੋਰ ਕਰ ਰਿਹਾ, ਪਹਿਲੇ ਉੱਠ ਕੇ ਫਟਾਫਟ ਠੰਡਾ ਪਾਣੀ ਪੀਵਾਂ ਅਤੇ ਫਿਰ ਚੁੱਲ੍ਹੇ ਦੇ ਲਾਗੇ ਕਰਾਂ, ਕੱਲ੍ਹ ਕਰਾਂ ਕੀ ਛੱਡਣ ਲੈ ਕੇ ਅੱਛੀ ਤਰ੍ਹਾਂ ਪਹਿਲੇ ਗੁਛਾ ਦੀ ਬਣਾਈ ਕਰਨੀ, ਉਸ ਤੋਂ ਬਾਅਦ ਆ ਪਾਲਕ ਖਾਣ, ਪਾਲਕ ਦੇ ਵਿੱਚ ਜਦੋਂ ਵੀ ਪਾਲਕ ਕੁਛ ਬਣਾਓ ਨਾ, ਕੋਰਮਾ ਮਸਾਲਾ ਪਾਓ ਨਾ, ਉਹਦੇ ਬਹੁਤ ਹੀ ਜ਼ਾਇਕੇਦਾਰ ਪਾਲਕ ਬਣਦੀ, ਉਹ ਜੀ ਨਹੀਂ ਬਣਦੀ ਸਹੀ, ਜਿੰਨੇ ਮਰਜ਼ੀ ਮਸਾਲੇ ਪਾ ਲਓ, ਲੇਕਿਨ ਜਦ ਤੱਕ ਕੋਰਮਾ ਮਸਾਲਾ ਨਾ ਪਾਓ ਨਹੀਂ ਮਰਜ਼ਦਾਰ ਬਣਦੀ, ਮੈਂ ਤਾਂ ਜਦੋਂ ਵੀ ਪਕਾਈ ਹੈ ਨਾ ਪਾਲਕ ਕੁਛ ਵਿੱਚ ਕੋਰਮਾ ਮਸਾਲਾ ਪਾ ਕੇ ਤੇਲ ਬਣਾਈ ਤਾਂ ਜ਼ਾਇਕਾ ਬਹੁਤ ਹੀ ਮਜ਼ੇਦਾਰ ਲੱਗਦੀ, ਪਾਉਣ ਦੇ ਵਿੱਚ ਵੀ ਜ਼ਾਇਕਾ ਵੀ ਅੱਛਾ, ਨਾਲ ਹੁੰਦੇ ਕਿਤੇ ਚੋਰ ਤਾਂ ਮਜ਼ਾ ਹੀ ਆ ਜਾਂਦਾ, ਲੇਕਿਨ ਹੁਣ ਹਿੰਮਤ ਨਹੀਂ ਹੈ ਪਕਾਉਣ ਦੀ, ਬਾਹਰੋਂ ਰੋਟੀ ਖਾਂਦੀ ਹੈ ਅਤੇ ਮੇਰੀ ਰੋਟੀ ਨੂੰ ਵਾਲ ਖਾ ਲਾਂ, ਪਾਲਕ ਗੋਸ਼ਤ ਪਿਆ ਮੈਂ ਜਦੋਂ ਪੱਕਣ ਲੱਗ ਜਾਂਦਾ, ਪੱਕਣ ਦਾ ਜਦੋਂ ਕੀ ਪਿਆ ਪਾਲਕ ਗੋਸ਼ਤ ਬਣ ਗਿਆ ਅਤੇ ਬਹੁਤ ਹੀ ਜ਼ਬਰਦਸਤ ਔਰ ਮਜ਼ੇਦਾਰ ਬਣਿਆ, ਅੱਜ ਦੀ ਵੀਡੀਓ ਅੱਛੀ ਲੱਗਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਅੱਛੀ ਅੱਛੀ ਕਮੈਂਟ ਕਰਿਆ ਕਰੋ, ਦੁਆਵਾਂ 'ਚ ਰੱਖਿਆ ਕਰੋ ਯਾਦ, ਔਰ ਆਪਣਾ ਰੱਖਣਾ ਕਿਆ ਨਾ ਫੇਸ